ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਤੇ ਸਾਡੇ ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਨਵੇਂ ਆਏ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਕਲਿੱਕ ਕਰਕੇ ਆਲ ਤੇ ਸੈੱਟ ਕਰ ਲਓ ਜਿਹੜੇ ਨਾਲ ਜਿਹੜੀ ਨਾਲ ਘੰਟੀ ਬਣੀ ਹੋਈ ਆ ਤਾਂ ਕਿ ਜਦੋਂ ਵੀ ਅਸੀਂ ਕੋਈ ਵੀ ਨਵੀਂ ਵੀਡੀਓ ਪਾਈਏ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਆਸ ਨੂੰ ਸਭ ਤੋਂ ਪਹਿਲਾਂ ਜਾ ਸਕੇ ਤੁਸੀਂ ਸਾਡੀ ਵੀਡੀਓ ਸਭ ਤੋਂ ਪਹਿਲਾਂ ਵੇਖ ਸਕੋ ਸਭ ਤੋਂ ਪਹਿਲਾਂ ਆਪਾਂ ਮਸ਼ੀਨ ਦੇ ਮਾਡਲ ਦੀ ਗੱਲ ਕਰੀਏ ਜੇ 2012 ਮਾਡਲ ਹੈ ਇਹ ਮਸ਼ੀਨ ਆ ਲੋਕ ਕੇ ਵਧੀਆ ਕੰਡੀਸ਼ਨ ਦੇ ਵਿੱਚ ਪਈ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਸ਼ੀਨ ਦੇ ਅੰਦਰ ਰੰਗ ਪੇਂਟ ਸਾਰਾ ਨਾਲ ਦਾ ਵਾ ਕੋਈ ਛੇੜਖਾਨੀ ਨਹੀਂ ਹੋਈਗੀ ਕੋਈ ਪੰਨ ਤੋੜ ਨਹੀਂ ਕੀਤੀ ਗਈ ਵਧੀਆ ਚੱਲਦੀ ਆ ਚੀਮਾ ਮੰਡੀ ਖੜੀ ਹੈ ਜੀ 1 ਲੱਖ 25000 ਰੁਪਇਆ ਡਿਮਾਂਡ ਆ ਮਾਲਕ ਵੀਰਾਂ ਵੱਲੋਂ ਰੱਖੀ ਗਈ ਬਾਕੀ ਡਿਮਾਂਡ ਦੇ ਵਿੱਚੋਂ ਮੌਕੇ ਤੇ ਲੈਸ ਕਰ ਲੈਣਗੇ ਉਹ ਜਿਨ੍ਹਾਂ ਨੇ ਵੀ ਲੈਣਾ ਹੋ ਲੈਣੇ ਹੋ ਵੀ ਮਸ਼ੀਨ ਇਹ ਬਹੁਤ ਸੋਹਣੀ ਸਾਫ ਸੁਥਰੀ 2012 ਮਾਡਲ ਮਸ਼ੀਨ ਕੇਐਸ ਵਿਕਾਊਆ ਮਾਲਕਾਂ ਦੇ ਨੰਬਰ ਥੱਲੇ ਸ਼ੋ ਹੁੰਦੇ ਪਏ ਆ ਤੁਹਾਨੂੰ ਉਹਨਾਂ ਨੂੰ ਤੁਸੀਂ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਮਸ਼ੀਨ ਖਰੀਦ ਸਕਦੇ ਹੋ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 FE 4 ਸਟਾਰਟ ਰੈਕਟਰ ਦੀ ਸਭ ਤੋਂ ਪਹਿਲਾ ਮਾਡਲ ਦੀ ਗੱਲ ਕਰੀਏ 2018 ਮਾਡਲ ਹੈ ਜੀ ਟਪੀਟੀਓ ਕਲਚ ਜੀ ਦਾ ਪਾਸੇ ਆਉਂਦਾ ਹੁੰਦਾ ਪੀਟੀਓ ਕਲਚ ਲੱਗ ਹੈ ਰੋ ਕੁੱਲ 600 ਘੰਟੇ ਚੱਲਿਆ ਹੋਇਆ ਵਾ ਸਾਰਾ ਆਲ ਓਰੀਜਨਲ ਇੰਜਨ ਗੇਅਰ ਲੈਫਟ ਮਗਰ ਲਹਿਸੇ ਦਾ ਟਰੈਕਟਰ ਆਲੋਕੇ ਪਿਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਅੰਦਰ ਕੋਈ ਭਾਂ ਤੋੜ ਨਹੀਂ ਕੀਤੀ ਗਈ ਕਿਤੇੋ ਝਰੀਟ ਨਹੀਂ ਹੈਗੀ ਸ਼ੋ ਦੇ ਉੱਪਰ ਹੈਵੀ ਬੰਪਰ ਟਰੈਕਟਰ ਨੂੰ ਲੱਗਾ ਹੋਇਆ ਜੀ ਮਗਰਾੜ ਵਗੈਰਾ ਵਧੀਆ ਹਾਲਤ ਦੇ ਵਿੱਚ ਨੇ ਆ ਮਗਰਲੇ ਸੜੀਆਂ ਫੋਟੋਆਂ ਨੇ ਪਾਵਰ ਸਟੀering ਡਬਲ ਡਿਸਟ੍ਰਿਬਿਊਟਰਾਂ ਟਰੈਕਟਰ ਇਹ 4 ਸਟਾਰ 14 ਦੇ ਟਾਇਰਾਂ ਵਾਲਾ ਜਿਹੜਾ ਹੁੰਦਾ ਹੁੰਦਾ ਵਾ ਉਹ ਟਰੈਕਟਰ ਆ ਬਾਕੀ ਤਰਨ ਤਰਨ ਏਰੀਏ ਵਿਖੇ ਖੜਾ ਵਾ ਇਹ 5 ਲੱਖ ਤੇ 85 ਹਜ਼ਾਰ ਡਿਮਾਂਡ ਮਾਲਕ ਵੀਰਾਂ ਵੱਲੋਂ ਰੱਖੀ ਗਈ ਹੈ ਟਰੈਕਟਰ ਦੀ ਬਾਕੀ ਡਿਮਾਂਡ ਦੇ ਵਿੱਚੋਂ ਮੌਕੇ ਤੇ ਉਹ ਘਟਵਾਦ ਕਰ ਲੈਣਗੇ ਜਿਨ੍ਹਾਂ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਮਾਲਕ ਵੀਰਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋ ਹੁੰਦੇ ਪਏ ਨੇ ਉਹਨਾਂ ਨਬਰਾਂ 'ਤੇ ਤੁਸੀਂ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਵਿਕਾਊ ਆ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਨਿਊ ਹਾਲੈਂਡ 3630 TX+3 ਸਭ ਤੋਂ ਪਹਿਲਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2009 ਮਾਡਲ ਹੈ ਟਰੈਕਟਰ ਇਹ ਇੰਜਨ ਗੇਅਰ ਲੈਫਟ ਮਗਰਲੇ ਹਿੱਸੇ ਦਾ ਟਰੈਕਟਰ ਆ ਲੋਕੇ ਪਿਆ ਸੀਲਡ ਆ ਪੰਜਾਬ ਨੰਬਰ ਆ ਟਰੈਕਟਰ ਬਾਕੀ ਅੱਗੇ ਐਕਸਟਰਾ ਵੇਟ ਵਗੈਰਾ ਟੰਗਾਂ ਨੂੰ ਦਿੱਤਾ ਹੋਇਆ ਉੱਥੇ ਤੁਸੀਂ ਵੇਟ ਵਗੈਰਾ ਟੰਗ ਸਕਦੇ ਹੋ ਟਾਇਰ ਵਗੈਰਾ ਬਤਿਆ ਹਾਲਤ ਰੇ ਵਿੱਚ ਪਏ ਨੇ ਕੋਈ ਟੱਕ ਨਹੀਂ ਲੱਗਾ ਟਾਇਰਾਂ ਨੂੰ ਕਿਤੇ ਟਾਇਰ ਜਾਨੀ ਕਿ ਖਰਾਬ ਖਰੂਬ ਨਹੀਂ ਹੋਏ ਕਿਤੇ ਵੱਡ ਟੱਕ ਨਹੀਂ ਟਾਇਰ ਦੇ ਵਿੱਚ ਇੰਜਨ ਉੰਜਾਂ ਦਾ ਜਮਾ ਸੈਟ ਆ ਵਾਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਆ ਆ ਮਗਰਲੇ ਹਿੱਸੇ ਦੀਆਂ ਟਰੈਕਟਰ ਦੀਆਂ ਫੋਟੋਆਂ ਨੇ ਬਾਕੀ ਨਵਾਂ ਯੂ ਲੱਗਾ ਹੋਇਆ ਵਾ ਛਤਰੀ ਤੁਸੀਂ ਇੱਕ ਵਾਰੀ ਪੁੱਛ ਲਿਓ ਉਹਨਾਂ ਤੋਂ ਮਾਲਕਾਂ ਤੋਂ ਬਾਕੀ ਸ਼ੋ ਸ਼ੂ ਦਾ ਰੰਗ ਇੰਜਨ ਬਾਡੀ ਚਾਸੀ ਦਾ ਰੰਗ ਸਾਰਾ Ориਜਨਲ ਆ ਬਠਿੰਡਾ ਏਰੀਆ ਵਿੱਚ ਇੱਕ ਟਰੈਕਟਰ ਖੜਾ ਹੈ ਇਹ 3 ਲੱਖ ਤੇ 95000 ਡਿਮਾਂਡ ਹੈ ਮਾਲਕ ਵੀਰਾਂ ਵੱਲੋਂ ਰੱਖੀ ਗਈ ਤੇ ਮਾਲਕਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਦੇ ਥੱਲੇ ਸ਼ੋ ਹੁੰਦੇ ਪਏ ਨੇ ਉਹਨਾਂ ਤੁਸੀਂ ਕਾਲ ਕਰਕੇ ਇਹ ਟਰੈਕਟਰ ਹਾਲੈਂਡ 633 ਖਰੀਦ ਸਕਦੇ ਹੋ ਬਹੁਤ ਸੋਹਣੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਵਿਕਾਊ ਆ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਬਾਕੀ ਡਿਸਕ੍ਰਿਪਸ਼ਨ ਬਾਕਸ ਵਿੱਚ ਚੈੱਕ ਕਰ ਲਿਓ ਜੀ ਸਾਡੇ ਦੂਜੇ ਚੱਲਾਂ ਦੇ ਲਿੰਕ ਦਿੱਤੇ ਹੁੰਦੇ ਨੇ ਉਹਨਾਂ ਦੇ ਜਾ ਕੇ ਵੀਡੀਓ ਤੁਸੀਂ ਜਰੂਰ ਵੇਖਿਆ ਕਰੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ 43600 ਮੋਡੀਫਾਈ ਦੀ 1987 ਮਾਡਲ ਹੈ ਜੀ ਇੰਜਨ-ਉੰਜਨ ਦਾ ਜਮਾ ਸੈੱਟ ਪਿਆ ਟਰੈਕਟਰ ਕੋਈ ਕੰਮ ਨਹੀਂ ਭਾਲਦਾਗਾ ਕੰਪਲੀਟਲੀ ਮੋਡੀਫਾਈ ਹੋਇਆ ਸ਼ੋਅ ਦਾ ਰੰਗ 2K ਦਾ ਵਧੀਆ ਰੰਗ ਪੇਂਟ ਕੀਤਾ ਗਿਆ ਹੈਵੀ ਬੰਪਰ ਲੱਗਾ ਹੋਇਆ ਵਾ ਅਗਲੇ ਰੈਮ ਵਗੈਰਾ ਸਾਰੇ ਪੇਂਟ ਵਗੈਰਾ ਯਾਨਕਿ ਚੋਟੀ ਦਾ ਕਰਾਇਆ ਹੈਵੀ ਬੰਪਰ ਲੱਗਾ ਐਕਸਟਰਾ LED ਲਾਈਟ ਹਾਰਨ ਵਗੈਰਾ ਐਕਸਟਰਾ ਲੱਗੇ ਹੋਏ ਨੇ ਬਾਕੀ ਫੈਵਰ ਹੌਟ ਵਾਲੀ ਛਤਰੀ ਤੇ ਮਿਊਜ਼ਿਕ ਸਿਸਟਮ ਲੱਗਾ ਹੋਇਆ ਟਰੈਕਟਰ ਨੂੰ ਨਵੀਆਂ ਲਾਈਟਾਂ ਨੇ ਸਾਰੀਆਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਆ ਮਗਰਲੇ ਛਤਰੀਆਂ ਫੋਟੋਆਂ ਨੇ ਤੇ ਡਿਮਾਂਡ ਹੈਗੀ ਆ ਜੀ 2 ਲੱਖ ਤੇ 15000 ਰੁਪਇਆ ਮਾਲਕੀ ਵੀਰਾਂ ਵੱਲੋਂ ਰੱਖੀ ਗਈ ਆ ਤੇ ਬਾਕੀ ਮੌਕੇ 'ਚ ਉਹ ਆਨੇ ਸੀ ਘੱਟ ਵੱਧ ਕਰ ਲਾਂਗੇ ਡਿਮਾਂਡ ਦੇ ਵਿੱਚੋਂ ਨੰਬਰ ਆ ਜਿਹੜਾ ਮਾਲਕਾ ਨਾਲ ਤੁਹਾਨੂੰ ਇਸ ਟਾਈਮ ਸਕਰੀਨ 'ਤੇ ਸ਼ੋ ਹੋਂਦਾ ਪਿਆ ਉਹ ਤੇ ਤੁਸੀਂ ਕਾਲ ਕਰਕੇ ਇਹ 43600 ਮਾਡਿਫਾਈਡ ਟਰੈਕਟਰ ਖਰੀਦ ਸਕਦੇ ਹੋ ਬਹੁਤ ਸੋਹਣੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਕਾਊ ਆ ਹੁਣ ਆਪਾਂ ਅੱਗੇ ਗੱਲ ਕਰਦੇ ਆ ਅੱਗੇ ਆਪਣੇ ਕੋਲ ਜੀ ਹੈਗੀ ਇਹ ਸਕੂਟਰੀ ਸੇਲ ਦੇ ਲਈ ਆਈ ਹੋਈ ਆ 2013 ਮਾਡਲ ਹੈ ਜੀ ਇਹ ਸਕੂਟਰੀ ਵਧੀਆ ਹਾਲਤਰੇ ਵਿੱਚ ਚੱਲਦੀ ਆ ਆ ਤੁਸੀਂ ਟਾਇਰ ਵਗੈਰਾ ਦੀਆਂ ਫੋਟੋਆਂ ਵੇਖ ਸਕਦੇ ਹੋ ਇੰਜਨ ਵਧੀਆ ਪਿਆ ਜੀ ਟਾਇਰ ਵਗੈਰਾ ਵਧੀਆ ਹਾਲਤ ਦੇ ਵਿੱਚ ਨੇ ਫਰੀਦਕੋਟ ਏਰੀਆ ਵਿੱਚ ਖੜੀ ਹੈ ਜੀ ਇਹ ਆ ਮਗਰਲੇ ਟਾਇਰ ਦੀ ਫੋਟੋ ਆ ਬਾਕੀ ਰੰਗ ਪੇਂਟ ਵਗੈਰਾ ਵਧੀਆ ਕਿਤੇ ਠੂਕੀ ਠਾਗੀ ਨਹੀਂ ਹੈਗੀ ਕਿਸ ਕੋਟਰੀ ਫਰੀਦਕੋਟ ਏਰੀਆ ਵਿੱਚ ਖੜੀ ਆ ਤੇ ਡਿਮਾਂਡ ਹੈਗੀ ਹੈ ਜੀ 40000 ਰੱਖੀ ਗਈ ਉਹਨਾਂ ਵੱਲੋਂ ਤੇ ਨੰਬਰ ਥੱਲੇ ਸ਼ੋਅ ਹੁੰਦਾ ਪਿਆ ਉਹ ਤੁਸੀਂ ਕਾਲ ਕਰਕੇ ਇਹ ਸਕੂਟਰੀ ਖਰੀਦ ਸਕਦੇ ਹੋ ਜਿਨ੍ਹਾਂ ਨੇ ਲੈਣੀ ਹੋਵੇ ਜਿਹੜੇ ਵੀਰ ਸੱਜਣ ਮਿੱਤਰ ਚਾਵਣ ਹੋਣ ਆਪਣੇ ਜੀ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ 11x6 ਫੁੱਟੀ ਟਰਾਲੀ ਹੈ ਜੀ ਅੱਗੇ ਆਪਣੇ ਕੋਲ ਸੇਲ ਲਈ weight ਹੈਗਾ ਜੀ ਇਹਦਾ 2 क्विंटल ਮਾਨਸਾ ਏਰੀਆ ਵਿੱਚੇ ਖੜੀ ਹੈ ਜੀ ਬਾਕੀ ਫੋਲ ਉੱਚਾ ਵੈਡ ਲੱਗਾ ਹੋਇਆ ਵਾ ਡਬਲ ਟੈਰੀ ਆ ਜੈਕ ਵਗੈਰਾ ਲੱਗਾ ਹੋਇਆ ਵਾ ਰੰਗ ਵਗੈਰਾ ਵਧੀਆ ਹਾਲਤ ਦੇ ਵਿੱਚ ਆ ਟਾਇਰ ਵਗੈਰਾ ਵਧੀਆ ਹਾਲਤ ਦੇ ਵਿੱਚ ਨੇ ਕੋਈ ਕਮੀ ਪੇਸ਼ੀ ਨਹੀਂ ਕੋਈ ਕ ਟਰਾਲੂਰ ਵੱਲੋਂ ਨਹੀਂ ਹੈਗੀ ਆ ਤੁਸੀਂ ਚੈੱਕ ਰੀਆਂ ਫੋਟੋਆਂ ਵੇਖ ਸਕਦੇ ਹੋ ਤੇ ਡਿਮਾਂਡ ਜੋ ਰੱਖੀ ਗਈ ਉਹ ਹੈਗੀ 1 ਲੱਖ ਤੇ 36000 ਰੁਪਇਆ ਬਾਕੀ ਇਹ ਡਿਮਾਂਡ ਦੇ ਵਿੱਚੋਂ ਮੌਕੇ ਤੇ ਘੱਟ ਵੱਧ ਕਰ ਲੈਣਗੇ ਮਾਲਕਾਂ ਨੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋ ਹੁੰਦੇ ਪਏ ਨੇ ਕਾਲ ਕਰਕੇ ਇਹ ਟਰਾਲੀ ਖਰੀਦ ਸਕਦੇ ਹੋ ਤੇ ਇੱਕ ਬਾਈ ਜੀ ਆਪਾਂ ਜਿਹੜਾ ਕੱਲ ਏਸ 450 ਪਾਇਆ ਸੀਗਾ ਉਹ ਟਰੈਕਟਰ ਸੇਲ ਹੋ ਚੁੱਕਿਆ ਜੀ ਕੱਲ ਹੀ ਆਪਣੇ ਚੈਨਲ ਤੋਂ ਸੇਲ ਹੋ ਚੁੱਕਿਆ ਸੋ ਉਹਨਾਂ ਨੂੰ ਕਿਰਪਾ ਕਰਕੇ ਫੋਨ ਨਾਲ ਆਇਓ ਤੁਸੀਂ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਜੌਂਡੀਓ 5310 ਟਰੈਕਟਰ ਦੀ ਸਭ ਤੋਂ ਪਹਿਲਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਆਪਾਂ 2017 ਮਾਡਲ ਹੈ ਜੀ ਟਰੈਕਟਰ ਇਹ ਇੰਜਨ ਗੇਅਰ ਲੈਫਟ ਮਗਰਲੇ ਸੈਟ ਟਰੈਕਟਰ ਆ ਲੁੱਕੇ ਪਿਆ ਸੀਲ ਦਾ ਕੋਈ ਕੰਮ ਨਹੀਂ ਭਾਲਦਾ ਛੋਟਾ ਮਿਊ ਸਿਸਟਮ ਟਰੈਕਟਰ ਦੇ ਉੱਪਰ ਲੱਗਾ ਹੋਇਆ ਜੀ ਪਾਵਰ ਸਟੀering ਆ ਹੈਵੀ ਬੰਪਰ ਲੱਗਾ ਹੋਇਆ ਹੈ ਟਰੈਕਟਰ ਨੂੰ ਇੰਜਨ ਗੇਅਰ ਲੈਫਟ ਮਗਰਲੇ ਹਿੱਸੇ ਦਾ ਟਰੈਕਟਰ ਆ ਲੁੱਕੇ ਪਿਆ ਸੀਲ ਦਾ ਕੋਈ ਕੰਮ ਨਹੀਂ ਭਾਲਦਾਗਾ ਕੋਈ ਕਮੀ ਪੇਸ਼ੀ ਨਹੀਂ ਹੈਗੀ ਕਿਤੋਂ ਕੋਈ ਆਵਾਜ਼ ਨਹੀਂ ਹੈਗੀ ਕਿਤੋਂ ਕੋਈ ਲੀਕਿੰਗ ਨਹੀਂ ਹੈਗੀ ਕੋਈ ਬਲੋ ਨਹੀਂ ਮਾਰਦਾਗਾ ਸ਼ੋਅ ਦਾ ਰੰਗ ਸਾਰਾ ਨਾਲ ਦਾ ਇੰਜਨ ਬਾਡੀ ਚਾਸੀ ਰਿਮਰ ਰੰਗ ਨਾਲ ਦਾ ਕਿਤੋਂ ਦੁਬਾਰਾ ਫੁਹਾਰਾ ਨਹੀਂ ਕੁਝ ਨਹੀਂ ਹੋਇਆਗਾ ਤੇ 2018 ਦੀ ਕਾਪੀ ਬਣਾਈ ਹੋਈ ਆ 80% ਨਾਲ ਦੇ ਟਾਇਰ ਨੇ ਤੇ ਫਰਸਟ ਓਨਰ ਦੇ ਨਾਮ ਸੰਗਰੂਰ ਏਰੀਆ ਜੀ ਜਿੱਥੇ ਟਰੈਕਟਰ ਖੜਾ ਹੈ ਇਹ ਤੇ ਡਿਮਾਂਡ ਜੋ ਮੰਗੀ ਗਈ ਹੋ ਹੈਗੀ 6 ਲੱਖ ਤੇ 45000 ਰੁਪਇਆ ਤੇ ਬਾਕੀ ਮੌਕੇ ਤੇ ਉਹ ਆਉਂਦੇ ਸੀ ਇਹ ਡਿਮਾਂਡ ਦੇ ਵਿੱਚੋਂ ਉਹ ਘੱਟ ਕਰ ਲੈਣਗੇ ਸੋ ਜਿਨ੍ਹਾਂ ਨੇ ਵੀ ਲੈਣਾ ਲੈਣੀ ਹੋਵੇ ਇਹ ਲੈਣਾ ਹੋਵੇ ਟਰੈਕਟਰ ਤਾਂ ਕਿਰਪਾ ਕਰਕੇ ਮਾਲਕਾਂ ਨੂੰ ਕਾਲ ਕਰਕੇ ਟਰੈਕਟਰ ਉਹ ਹੀ ਖਰੀਦ ਸਕਦੇ ਹੋ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਵਿਸ਼ਵ ਅਕਰਮਾ ਮਸ਼ੀਨ ਦੀ 2012 ਮਾਡਲ ਹੈ ਜੀ ਮਸ਼ੀਨ ਇਹ ਇੰਜਨ ਉੰਜਨ ਦੀ ਜਮਾ ਸੈੱਟ ਹੈ ਜੀ ਵਧੀਆ ਬਾਡੀ ਕਰਦੀ ਆ ਕੋਈ ਕਮੀ ਪੇਸ਼ੀ ਨਹੀਂ ਹੈਗੀ ਮਸ਼ੀਨ ਦੇ ਅੰਦਰ ਰੰਗ ਪੇਂਟ ਵਗੈਰਾ ਵਧੀਆ ਹਾਲਤ ਦੇ ਵਿੱਚ ਪਿਆ ਹੋਆ ਕੋਈ ਰੰਗ ਵੱਲੋਂ ਨਹੀਂ ਛੇੜਛਾੜ ਹੋਈ ਤੇ ਜੋ ਵੀ ਸਮਾਨ ਲੱਗਾ ਹੋਇਆ ਸਾਰਾ ਮੌਕੇ ਤੇ ਨਾਲ ਦਿੱਤਾ ਜਾਊਗਾ ਜਾਨਕਿ ਐਸਐਮਐਸ ਵਗੈਰਾ ਬਾਕੀ ਤੁਸੀਂ ਇੱਕ ਵਾਰੀ ਕੰਪਲੀਟਲੀ ਕੌਰ ਕਰਕੇ ਉਹਨਾਂ ਨੂੰ ਕਨਫਰਮ ਕਰ ਲਿਓ ਤੇ ਡਿਮਾਂਡ ਜਿਉ ਮੰਗੀ ਗਈ ਹੋਈ ਹੈਗੀ 9.5 ਲੱਖ ਰੁਪਈਆ ਬਾਕੀ ਇਹ ਡਿਮਾਂਡ ਦੇ ਵਿੱਚੋਂ ਮੌਕੇ ਤੇ ਘਟਵੱਧ ਕਰ ਲੈਣਗੇ ਉਹ ਮਾਲਕਾਂ ਦੇ ਜਿਹੜੇ ਨੰਬਰ ਨੇ ਉਹ ਤੁਹਾਨੂੰ ਇਸ ਟਾਈਮ ਸਕਰੀਨ ਤੇ ਸ਼ੋ ਹੋ ਹੁੰਦੇ ਪਏ ਨੇ ਇਹਨਾਂ ਨੰਬਰਾਂ 'ਤੇ ਤੁਸੀਂ ਕਾਲ ਜਾਂ ਕਰ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਤੇ ਇੱਕ ਬਾਈ ਜਿਹੜੀ ਆਪਾਂ ਸਵੇਰ ਵੀਡੀਓ ਪਾਈ ਹੋਈ ਜੀਗੀ ਟਰੈਕਟਰ ਮੋਡੀਫਿਕੇਸ਼ਨ ਦੇ ਉੱਤੇ ਯਾਨੀ ਕਿ 3 ਸਪੀਡ ਕਰਨ ਦੇ ਉੱਤੇ ਸੋ ਉਹਨੂੰ ਤੁਸੀਂ ਜਾ ਕੇ ਜਰੂਰ ਵੇਖਿਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹ ਵੀਡੀਓ ਦਾ ਲਿੰਕ ਦਿੱਤਾ ਹੋਇਆ ਧੰਨਵਾਦ ਜੀ ਬਹੁਤ-ਬਹੁਤ ਵੀਡੀਓ ਪੂਰੀ ਵੇਖਣ ਦੇ ਲਈ ਜੇ ਵਧੀਆ ਲੱਗਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ